हाँ जी दोस्तों सत श्री अकाल सारे भरावां नूं। दोस्तों मंडी तो वीडियो बना रहे रामपुरा फूल तो झोटी सामने तुसीं पहलां देखो ना नीली रावी है ते नीली रावी दा अजकल बहुत ज्यादा क्रेज है तुहानूं पता है। नीली रावियां दे जिहड़े झोटियां दे फैन है बहुत ज्यादा ने अजकल डिमांड वधी हुई है पूरी ज्यादा जे कह दईए भी बहुत सारे भरा चाहवान हुंदे वी यार असीं नीली रावी दी झोटी रखणी है जी घरे उहनां चों इक झोटी तुहाडे कोल लैके आए आपां पुछदे हां किन्नवें सूई है की गल बात है। सत श्री अकाल जी ਕਿਹੜਾ ਪਿੰਡ ਹੈ ਜੀ? ਕਾਹਨ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ। ਦੋਸਤੋ ਮੋਗੇ ਜ਼ਿਲ੍ਹੇ ਚ ਆ ਗਏ ਹੁਣ ਮੋਗਾ ਫਰੀਦਕੋਟ ਫਿਰੋਜ਼ਪੁਰ ਇਹ ਨੀਲੀ ਰਾਵੀ ਦਾ ਗੜ ਆ ਗਏ ਤੇ ਕਿੰਨਵੇਂ ਸੂਏ ਹੈ ਜੀ? ਤੀਜੇ ਸੂਏ ਝੋਟੀ ਆ ਦੋਸਤੋ। ਸਭ ਤੋਂ ਪਹਿਲਾਂ ਪਸ਼ੂ ਨੂੰ ਝੋਟੀ ਦਿਖਾ ਦਿੰਦੇ ਹਾਂ ਸਮਾਰ ਕੇ ਵੱਡੇ ਸਰੀਰ ਦੀ ਹੈ ਜਮਾਂ ਪੂਰੀ ਤੋਰਿਓ ਜੀ ਥੋੜੀ ਤੋਰ ਫੇਰ ਕੇ ਪਹਿਲਾਂ ਦੇਖ ਲਓ ਚੰਗੀ ਤਰ੍ਹਾਂ ਤੁਸੀਂ ਤਸੱਲੀ ਕਰੋ ਫੇਰ ਆਪਾਂ ਦੁੱਧ ਵੀ ਪੁੱਛਾਂਗੇ ਕਿੰਨਾ ਕੀ ਗੱਲਬਾਤ ਹੈ। ਨੀਲੀਆਂ ਦੇ ਚਾਹਵਾਨ ਵੀਰਾਂ ਲਈ ਸਪੈਸ਼ਲ ਵੀਡੀਓ ਹੈ ਇਹ। ਖੜਾ ਲਓ ਜੀ ਇੱਥੇ। ਦੂਜੇ ਸੂਏ ਦਾ ਦੁੱਧ ਕਿੰਨਾ ਸੀ ਇਹਦਾ ਜੀ? ਦੂਜੇ ਸੂਏ ਦਾ ਦੋਸਤੋ ਦੂਜੇ ਸੂਏ ਇਸ ਝੋਟੀ ਨੇ 19 ਲੀਟਰ ਦੁੱਧ ਦਿੱਤਾ ਸੀ 19 ਕਿਲੋ ਤੇ ਹੁਣ ਕਿੰਨੇ ਦਿਨਾਂ ਦੀ ਸੂਈ ਹੈ ਜੀ? 10-12 ਦਿਨ ਹੋ ਗਏ। ਠੀਕ ਹੈ ਜੀ ਤੇ 15 ਕਿਲੋ ਦੁੱਧ ਦੋਸਤੋ ਤਿਆਰ ਹੈ ਦੱਸਿਆ ਜਾਂਦਾ ਵੀ 10-12 ਦਿਨਾਂ ਦੀ ਸੂਈ ਦੇ ਥੱਲੇ। ਬਾਕੀ ਆਪਾਂ ਸਾਰਾ ਹਵਾਨਾ ਦਿਖਾ ਦਿੰਦੇ ਹਾਂ ਪਿੱਛੇ ਤੋਂ ਖੜਾ ਕੇ ਵੀ ਖੜਾ ਲਓ ਗਾਹਾਂ ਜੀ ਕਰਕੇ ਹਵਾਨਾ ਦੇਖ ਸਕਦੇ ਹੋ। ਰਾਤ ਚੋਰੀ ਆ ਮੈਂ ਥੱਲੇ ਡੰਗ ਦੀ ਆ ਹੁਣ ਮੈਂ। ਠੀਕ ਹੈ ਜੀ ਇਹ ਵੀ ਕਮਾਲ ਦੀ ਗੱਲ ਹੈ। ਰਾਤ ਚੋਤੀ ਮੈਂ 3-4 ਵਜੇ ਕੱਲ ਦੁਬਾਰੇ ਦੱਸੋ ਜੀ। ਕੱਲ ਮੈਂ 3-4 ਵਜੇ ਚੋਤੀ ਆ। ਠੀਕ ਹੈ ਜੀ ਅਜੇ ਕੱਲ ਥਾਵੇਂ ਡੰਗ ਦੀ ਮੈਂ ਹੁਣ ਮਤਲਬ ਕਿ ਇਹ ਕੰਮ ਨਹੀਂ ਕਰਿਆ ਮੰਡੀ ਚ ਖੜਾ ਵਾਲੇ ਪਸ਼ੂ ਦਾ ਨਹੀਂ ਸੀ ਗੱਲ ਆਉਂਦਾ ਫਿਰ ਮੁੰਡਿਆਂ ਦੇ ਪਾਲਾ ਫਿਰ ਪਾਲੀ ਮੈਂ। ਠੀਕ ਹੈ ਦੋਸਤੋ ਇਹ ਵੀ ਤੁਸੀਂ ਸੋਚਣ ਵਾਲੀ ਗੱਲ ਹੈ ਨਾ ਮੰਡੀ ਦੇ ਉੱਤੇ ਬਿਨੇ ਖੜਾ ਵਾਲੀ ਮੱਝ ਬਹੁਤ ਘੱਟ ਆਉਂਦੀ ਹੈ ਤੇ ਬਜ਼ੁਰਗਾਂ ਨੇ ਦੱਸਣਾ ਕਹਿੰਦਾ ਵੀ ਅਸੀਂ ਕੋਈ ਏਖਣ ਨਹੀਂ ਲਾਇਆ ਕੁਛ ਨਹੀਂ ਕੱਲ 3-4 ਵਜੇ ਦੀ ਚੋਈ ਹੋਈ ਹੈ। ਦੇਖ ਸਕਦੇ ਹੋ ਤੁਸੀਂ ਥਾਣਾ ਦਾ ਸਨ ਸਾਈਡ ਤੋਂ ਵੀ ਛੱਡਣੀ ਕਿੰਨੇ ਤੱਕ ਹੈ ਜੀ ਇਹ ਦੱਸਿਓ। 1 ਲੱਖ ਰੁਪਏ ਦੀ ਦੇ ਦੇ। 1 ਲੱਖ ਦੀ ਮੁੱਲ ਜਿੰਨਾ ਮਰਜ਼ੀ ਲੈ ਦੋਸਤੋ 1 ਲੱਖ ਰੁਪਇਆ ਮੁੱਲ ਹੈਗਾ ਤੇ 19 ਲੀਟਰ ਦੂਜੇ ਸੂਏ ਦਾ ਰਿਕਾਰਡ ਹੈ ਦੁੱਧ ਦਾ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ। ਮੋਬਾਈਲ ਨੰਬਰ ਦੱਸ ਦਿਓ ਜੀ ਕਿੰਨਾ? 9-5-53-5282 ਕੀ ਨਾਮ ਤੇ ਜੀ? ਮੇਰਾ ਨਾਮ ਹਰਦੇਵ ਸਿੰਘ। ਹਰਦੇਵ ਸਿੰਘ ਨਾਮ ਹੈ ਦੋਸਤੋ। ਤੁਹਾਨੂੰ ਸਾਰਾ ਦੁਬਾਰੇ ਦੱਸ ਦਿੰਦੇ ਝੋਟੀ ਦੇ ਬਾਰੇ ਸਿੰਘਾਂ ਸੁੰਘਾਂ ਦੀ ਦੇਖ ਲਓ ਤੁਸੀਂ ਤੀਜੇ ਸੂਏ ਝੋਟੀ ਹੈਗੀ ਦੂਜੇ ਸੂਏ 19 ਕਿਲੋ ਦੁੱਧ ਦਿੱਤਾ ਬਜ਼ੁਰਗਾਂ ਦਾ ਦੱਸਣਾ ਹੈਗਾ ਤੇ ਕਹਿੰਦੇ ਵੀ ਅਸੀਂ ਕਹਿੰਦੇ ਕੋਈ ਏਖੜ ਨਹੀਂ ਲਾਇਆ ਤੇ ਕਹਿੰਦੇ ਵੀ ਕੱਲ ਚੋਈ ਹੈ 3-4 ਵਜੇ ਦੀ ਕੋਈ ਦੁਬਾਰੇ ਦੇਖ ਸਕਦੇ ਤੁਸੀਂ। ਲਓ ਦੋਸਤੋ ਜੇ ਕੋਈ ਵੀਰ ਚਾਹਵਾਨ ਹੁੰਦਾ ਸੰਪਰਕ ਕਰ ਲਓ ਇਹਨਾਂ ਨਾਲ ਦੁਬਾਰੇ ਨੰਬਰ ਆਪਾਂ ਪੁੱਛ ਲੈਣਾ ਨੰਬਰ ਇੱਕ ਵਾਰੀ ਹੋਰ ਦੱਸ ਦਈ 9-5-53-5282 ਹਰਦੇਵ ਸਿੰਘ ਨਾਮ। ਠੀਕ ਹੈ ਦੋਸਤੋ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਸ਼ੁਕਰੀਆ ਦੋਸਤੋ ਨਾਲ ਹੀ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਝੋਟੀ।